ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਵੱਡਾ ਗਰੇਵਾਲ ਉਹ ਪੰਜਾਬੀ ਅਦਾਕਾਰ ਜੋ ਆਪਣੀ ਵੱਖਰੀ ਬੋਲ ਬਾਣੀ ਕਰਕੇ ਸੋਸ਼ਲ ਮੀਡੀਆ ਤੇ ਛਾਇਆ ਰਹਿੰਦਾ ਹੈ। ਇਸ ਦੇ ਨਾਲ ਵੱਡਾ ਗਰੇਵਾਲ ਕਾਫੀ ਪੰਜਾਬੀ ਫਿਲਮਾਂ ਵਿੱਚ ਵੀ ਆਪਣਾ ਰੋਲ ਬਖੂਬੀ ਨਿਭਾ ਚੁੱਕਿਆ ਹੈ ਤੇ ਹਾਲ ਹੀ ਦੇ ਵਿੱਚ ਬਣੀ ਫਿਲਮ ਸ਼ੂਟਰ ਵਿੱਚ ਵੀ ਵੱਡੇ ਗਰੇਵਾਲ ਦੀ ਅਦਾਕਾਰੀ ਨੂੰ ਦੇਖਿਆ ਜਾ ਸਕਦਾ ਹੈ। ਪਰ ਅੱਜ ਸਵੇਰ ਤੋਂ ਹੀ ਵੱਡੇ ਗਰੇਵਾਲ ਦੀ ਹੈਰਾਨ ਕਰਨ ਵਾਲੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਦੇਖੀ ਜਾ ਰਹੀ ਸੀ। ਜਿਸ ਤਸਵੀਰ ਵਿੱਚ ਵੱਡਾ ਗਰੇਵਾਲ ਇੱਕ ਹਸਪਤਾਲ ਦੇ ਬੈੱਡ ਉੱਪਰ ਪਿਆ ਹੈ ਤੇ ਉਸਦੇ ਆਕਸੀਜਨ ਪਾਈਪ ਤੇ ਫੂਡ ਪਾਈਪ ਵੀ ਲੱਗੀ ਹੋਈ ਹੈ। ਇਸ ਤਸਵੀਰ ਨੂੰ ਵੇਖਣ ਤੋਂ ਬਾਅਦ ਲੱਗ ਰਿਹਾ ਹੈ ਕਿ ਜਿਵੇਂ ਵੱਡਾ ਗਰੇਵਾਲ ਕਾਫੀ ਜ਼ਿਆਦਾ ਸੀਰੀਅਸ ਹੋ ਗਿਆ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਵੱਡੇ ਗਰੇਵਾਲ ਨੂੰ ਨਸ਼ੇ ਦੀ ਵਾਧ ਘਾਟ ਕਰਕੇ ਹਸਪਤਾਲ ਜਾਣਾ ਪਿਆ ਤੇ ਕੁਝ ਨੇ ਤਾਂ ਇਹ ਵੀ ਕਿਹਾ ਕਿ ਵੱਡੇ ਗਰੇਵਾਲ ਨੂੰ ਕੋਰੋਨਾ ਵਾਇਰਸ ਹੈ। ਪਰ ਇਸ ਪਿੱਛੇ ਦੀ ਸੱਚਾਈ ਬਿਆਨ ਕਰਦਿਆਂ ਵੱਡੇ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਹਨਾਂ ਨੇ ਆਪਣੀ ਫੋਟੋ ਪਾ ਲਿਖਿਆ ਕਿ ਡੋਂਟ ਵਰੀ ਦੋਸਤੋ, ਮੈਂ ਠੀਕ ਹਾਂ, ਕੱਲ੍ਹ ਇੱਕ ਸੋਹਣੀ ਜਿਹੀ ਫੋਟੋ ਖਿੱਚ ਕੇ ਪਾਵਾਂਗੇ, ਤੁਸੀਂ ਆਪਣੇ ਨਾਲ ਹੋ, ਬਾਬਾ ਆਪਣੇ ਨਾਲ, ਨਜਾਇਜ਼ ਅਫਵਾਹਾਂ ਤੋਂ ਦੂਰ ਰਹੋ। ਤੇ ਵੱਡੇ ਗਰੇਵਾਲ ਨੇ ਉਹਨਾਂ ਦੀ ਮਦਦ ਤੇ ਉਹਨਾਂ ਲਈ ਦੁਆਵਾਂ ਕਰਨ ਵਾਲਿਆਂ ਨੂੰ ਧੰਨਵਾਦ ਵੀ ਕਿਹਾ। ਸਾਨੂੰ ਉਮੀਦ ਹੈ ਕਿ ਉਹ ਜਲਦ ਹੀ ਹਸਪਤਾਲ ਤੋਂ ਵਾਪਿਸ ਪਰਤ ਆਉਣਗੇ। ਇਸ ਦੇ ਨਾਲ ਹਰ ਨਵੀਂ ਅਪਡੇਟਸ ਨੂੰ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।